ਹੈਲੋ ਫਰੈਂਡਸ ਵੈਲਕਮ ਕਰਦਾ ਹਾਂ ਤੁਹਾਡਾ ਆਪਣੀ YouTube ਚੈਨਲ ਟੈਕਨੀਕਲ ਜਸਤਿੰਦਰ ਤੇ ਤੇ ਆਇਓ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਇੱਕ ਨਵੇਂ ਵੀਡੀਓ ਦੇ ਨਾਲ ਆ ਚੁੱਕੇ ਹਾਂ ਇਸ ਵੀਡੀਓ ਚ ਫਰੈਂਡਸ ਮੈਂ ਤੁਹਾਡੇ ਲਈ ਇੱਕ ਗੁੱਡ ਨਿਊਜ਼ ਲੈ ਕੇ ਆਇਆ ਜਿਹੜੇ ਕੈਂਡੀਡੇਟ ਨੇ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਇਗਜ਼ਾਮ ਦੀ ਤੇ ਉਹਨਾਂ ਲਈ ਬਹੁਤ ਹੀ ਵਧੀਆ ਗੁੱਡ ਨਿਊਜ਼ ਹੈ ਜਿਹੜੀ ਕਿ ਉਹਨਾਂ ਦੇ ਜਿਹੜਾ ਇਗਜ਼ਾਮ ਦੀ ਡੇਟ ਆ ਚੁੱਕੀ ਹੈ ਕੀ ਡੇਟ ਆਈਓ ਮੈਂ ਤੁਹਾਨੂੰ ਅੱਗੇ ਵੀਡੀਓ ਦੱਸਾਂਗਾ ਪੂਰਾ ਨੋਟੀਫਿਕੇਸ਼ਨ ਦੱਸਾਂਗਾ ਨਾਲ ਉਹਦੇ ਤੇ ਕਿਵੇਂ ਤੁਸੀਂ ਅਪਲਾਈ ਕਰਨਾ ਕੋਲੋਂ ਤੁਹਾਡੇ ਜਿਹੜੇ ਫਾਰਮ ਹੈ ਇਹ ਆਊਟ ਹੋਣਗੇ ਐਪਲੀਕੇਸ਼ਨ ਫਾਰਮ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਾਂਗਾ ਇਸ ਕਰਕੇ ਵੀਡੀਓ ਪੂਰਾ ਦੇਖਿਓ ਸਟਾਰਟ ਕਰਦੇ ਹਾਂ ਵੀਡੀਓ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਫਰੈਂਡ ਵੀਡੀਓ ਤੁਹਾਨੂੰ ਚੰਗਾ ਲੱਗੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਆਲ ਦੇ ਪ੍ਰੈਸ ਕਰ ਲਿਓ ਜਿਨ੍ਹਾਂ ਨੇ ਟੈਲੀਗ੍ਰਾਮ ਗਰੁੱਪ ਜਾਂ ਵਟਸਐਪ ਗਰੁੱਪ ਜੁਆਇਨ ਨਹੀਂ ਕੀਤਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦਿੱਤਾ ਹੋਇਆ ਉੱਥੇ ਜਾ ਕੇ ਜੁਆਇਨ ਕਰ ਲਓ ਉੱਥੇ ਵੀ ਆਪਾਂ ਜਿਹੜੇ ਨੋਟੀਫਿਕੇਸ਼ਨਾਂ ਦਿੰਦੇ ਰਹਿੰਦੇ ਹਾਂ ਕੋਈ ਵੀ ਨਵੇਂ ਅਪਡੇਟਸ ਤੇ ਇਸ ਕਰਕੇ ਸਬਸਕ੍ਰਾਈ ਜਿਦਾਂ ਕਿ ਫਰੈਂਡ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਆਫ ਸਕੂਲ এডਿਕੇਸ਼ਨ ਦੀ ਵੈਬ ਅਫੀਸ਼ੀਅਲ ਵੈਬਸਾਈਟ ਤੇ ਆ ਤੇ ਇੱਥੇ ਫਰੈਂਡ ਜਿਹੜਾ ਨੋਟੀਫਿਕੇਸ਼ਨ ਆ ਆਊਟ ਕੀਤਾ ਗਿਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਆ ਦੇਖ ਸਕਦੇ ਹੋ ਪਬਲਿਕ ਨੋਟਿਸ ਰਿਕਾਰਡਿੰਗ ਪੀਐਸਟੈਟ 2022 ਰਾਜ ਵਿਦਿਆਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਤੇ ਨੋਟਿਸ ਦੀ ਡੇਟ ਦੇਖ ਸਕਦੇ ਹੋ 21 ਅਕਤੂਬਰ 2022 ਦੀ ਆ ਵੱਖ-ਵੱਖ ਟੈਟ ਯੂਨੀయన్స్ ਅਤੇ ਡੀਐਲਐਡ ਬੀਐਡ ਸਿਖਿਆਰਥੀਆਂ ਵੱਲੋਂ ਪ੍ਰਾਪਤ ਪ੍ਰਤੀ ਬੇਨਤੀਆਂ ਤੇ ਪੁੱਛਗਿੱਛ ਦੇ ਸਨਮੁਖ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਦੀ ਅਗਲੀ ਪ੍ਰੀਖਿਆ ਦਸੰਬਰ 2022 ਦੇ ਦੂਜੇ ਐਤਵਾਰ ਨੂੰ ਲੈਣ ਦਾ ਫੈਸਲਾ ਲਿਆ ਗਿਆ ਹੈ ਜੇਕਰ ਪ੍ਰੀਖਿਆ ਲੈਣ ਦੇ ਸਮੇਂ ਵਿੱਚ ਕੋਈ ਵੀ ਤਬਦੀਲੀ ਹੁੰਦੀ ਹੈ ਤਾਂ ਉਸ ਸਬੰਧੀ ਵਿਭਾਗ ਦੀ ਵੈੱਬਸਾਈਟ ਤੇ ਸੂਚਿਤ ਕਰ ਦਿੱਤਾ ਜਾਵੇਗਾ ਤੇ ਫਰੈਂਡਸ ਇਹ ਮੈਂ ਤੁਹਾਨੂੰ ਦੱਸ ਦਿਨਾ ਜਿਹੜੇ ਦਸੰਬਰ ਮਹੀਨੇ ਦੀ ਸੈਕੰਡ ਸੰਡੇ ਨੂੰ ਜਿਹੜਾ ਤੁਹਾਡਾ ਐਗਜ਼ਾਮ ਆ ਇਹ ਲਿਆ ਜਾਊਗਾ ਤੇ 10 ਦਸੰਬਰ ਨੂੰ ਜਿਹੜਾ ਤੁਹਾਡਾ ਐਗਜ਼ਾਮ ਹੈ ਹੋਣਾ ਆ ਜਿਹੜਾ ਸਟੂਡੈਂਟਸ ਨੇ ਤਿਆਰ ਨਹੀਂ ਕੀਤੀ ਹਜੇ ਵੀ ਹਜੇ ਵੀ ਤੁਹਾਡੇ ਕੋਲ ਜਿਹੜੇ 50 ਦਿਨ ਪਏ ਨੇ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਹੁਣ ਤੋਂ ਵੀ ਸ਼ੁਰੂ ਕਰ ਦਿਓ ਤਾਂ ਵੀ ਤੁਸੀਂ ਜਿਹੜਾ ਆ ਵਧੀਆ ਮਾਰਕਸ ਲੈ ਸਕਦੇ ਹੋ ਐਗਜ਼ਾਮ 'ਚ ਇਸ ਕਰਕੇ ਹੁਣ ਤੋਂ ਤਿਆਰੀ ਤੁਸੀਂ ਆਪਣੀ ਜਿਹੜੀ ਸ਼ੁਰੂ ਕਰ ਦਿਓ ਤੇ ਬਾਕੀ ਮੰਨ ਦਾ ਨੂੰ ਨੈਕਸਟ ਦੱਸ ਦਿੰਨਾ ਕਿ ਐਪਲੀਕੇਸ਼ਨ ਫਾਰਮ ਕਦੋਂ ਸਟਾਰਟ ਹੋਣਗੇ ਤੁਹਾਡੇ ਇਹਦੇ ਰਿਗਾਰਡਿੰਗ ਤੇ ਫਰੈਂਡ ਜਿੱਦਾਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਜਿਹੜੇ ਐਪਲੀਕੇਸ਼ਨ ਫਾਰਮ ਆ 1 ਮਨთ ਪਹਿਲਾਂ ਆਉਂਦੇ ਆ ਐਗਜ਼ਾਮ ਤੋਂ ਨਵੰਬਰ 'ਚ ਜਿਹੜਾ ਤੁਹਾਡੇ ਐਪਲੀਕੇਸ਼ਨ ਫਾਰਮ ਜਿਹ ਤੇ ਉਦੋਂ ਤੁਸੀਂ ਆਪਣਾ ਜਿਹੜਾ ਅਪਲਾਈ ਕਰ ਸਕਦੇ ਹੋ ਤੇ ਆਈਓ ਫਰੈਂਡ ਸਾਰਾ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਸਮਝ ਆ ਗਈ ਹੋਗੀ 10 ਦਸੰਬਰ ਨੂੰ ਤੁਹਾਡਾ ਜਿਹੜਾ ਪੀ ਅਸਿਸਟੈਂਟ ਦਾ ਇਗਜ਼ਾਮ ਹੈ ਜਿਹੜੀ ਡੇਟਾ ਆਈ ਆ ਤੇ ਆਈਓ ਫਰੈਂਡ ਸਾਰਾ ਤੁਹਾਨੂੰ ਸਮਝ ਆ ਗਿਆ ਹੋਊਗਾ ਜੇ ਤਾਂ ਵੀ ਕੋਈ ਡਾਊਟ ਹੈ ਤੁਹਾਡਾ ਕਮੈਂਟ ਬਾਕਸ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਤੁਹਾਨੂੰ ਚੰਗਾ ਲੱਗੇ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਵਾਲ ਤੇ ਪ੍ਰੈਸ ਕਰ ਲਓ ਜੇ ਹੋਰ ਸਾਡਾ ਕੋਈ ਨਵਾਂ ਵੀਡੀਓ ਆਂਦਾ ਹੈ ਨਵਾਂ ਕੋਈ ਅਪਡੇਟ ਆਂਦਾ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਮਿਲ ਜੇ ਮਿਲਦਾ ਕਿਸੇ ਨਵੇਂ ਵੀਡੀਓ ਤਦ ਤੱਕ ਲਈ ਧ